अजनाला में एक नशेड़ी बेटे द्वारा अपने बाप और दादी का कत्ल करने का मामला सामने आया है। जानकारी मुताबिक कत्ल करने वाला लड़का नशेड़ी था, जिसका अपने घर वालों के साथ लड़ाई झगड़ा चलता रहता था और बीती रात भी लड़के का अपने पिता और दादी के साथ झगड़ा हुआ था, जिसके बाद लड़के ने अपने पिता और दादी का तेज धार हथियार से कत्ल कर दिया, खुद फरार हो गया। जिसके बाद आज सुबह पुलिस को जानकारी मिलने के बाद पुलिस के आला अधिकारियों द्वारा मौके पर पहुंच मामले की जांच शुरू कर दी गई है। इस संबंध में मृतकों के पड़ोसियों ने बताया कि उन्हें मृतक के दूसरे बेटे का बाहर से फोन आया था कि पिता फोन नहीं उठा रहे और घर जाकर देखना क्या बात है, तो घर जाकर देखा तो खून में लथपथ लाशें पड़ी थी। इस संबंध में DSP अजनाला सोहन सिंह ने बताया कि लड़का नशे का आदि था और लड़के ने अपने बाप और दादी का तेज धार हथियार से कत्ल कर दिया है और पहले भी NDPS एक्ट का मामला दर्ज और जेल में भी किसी से झगड़े के दौरान उसने कत्ल कर दिया था। बाकी मामले की जांच की जा रही है। ਉਹਨੂੰ ਕਹਿੰਦੇ ਕਿ ਭਾਅ ਜੀ ਉਹ ਪਾਪਾ ਫੋਨ ਨਹੀਂ ਚੁੱਕਣ ਡਿਆ, ਤੁਸੀਂ ਘਰ ਜਾਇਓ, ਮੁੰਡੇ ਕੰਮ ਵਾਲੇ ਨੇ ਚਾਬੀ ਚਲੈਣੀਆਂ ਉਹਨਾਂ ਨੇ, ਅਤੇ ਦੇਖੋ ਜਾ ਕੇ ਕੀ ਗੱਲ ਆ। ਮੈਂ ਇੱਥੇ ਮੋਟਰਸਾਈਕਲ ਲਾ ਕੇ ਇੱਥੇ ਮੋਟਰਸਾਈਕਲ ਲਿਆ ਤਾਂ ਮੈਂ ਵੇਖਿਆ ਬੱਚਾ, ਉਹਨੂੰ ਕਹਿੰਦੇ ਜੀ ਭਾਅ ਜੀ ਤੁਸੀਂ ਆਪਣੇ ਘਰ ਜਾਓ, ਤਾਂ ਤੁਹਾਨੂੰ ਜਾ ਕੇ ਵੇਖੋ ਸਕੂਟਰੀ ਘਰ ਲੱਗੀ ਆ। ਮੈਂ ਉੱਪਰ ਗਿਆ ਯਾਰ, ਸਕੂਟਰੀ ਨਹੀਂ ਲੱਗੀ, ਮੈਂ ਦੀਪੂ ਸਕੂਟਰੀ ਨਹੀਂ ਲੱਗੀ, ਅਤੇ ਮੈਨੂੰ ਆਉਂਦੇ ਵੀ ਪਾਪਾ ਫਿਰ ਕਿੱਥੇ ਜਾ ਸਕਦੇ ਆ। ਮੈਂ ਫੋਨ ਲਾਓ ਤੁਸੀਂ, ਉਹਨਾਂ ਫੋਨ ਲਾਇਆ ਮੈਨੂੰ, ਉਹਦੇ ਫਿਰ ਫੋਨ ਚੁੱਕਦੇ ਅਤੇ ਮੈਂ ਉਹਨੂੰ ਉੱਪਰ ਹੀ ਖੜਾ ਕੋਲ ਆਪਣੇ ਹੱਥ ਦੇ ਹੀ ਉਹਨਾਂ ਦੇ ਭਾਅ ਜੀ ਗਾਂਹ ਜਾ ਕੇ ਘਰ ਜਾ ਕੇ ਬੀਜੀ ਦਾ ਬੀਜਣੀ ਉੱਤੇ ਜਾ ਕੇ ਜਾਗਦੇ ਆ। ਮੈਂ ਜਦੋਂ ਦਰਵਾਜ਼ਾ ਮਾੜਾ ਜਿਹਾ ਪੈਰ ਨਾਲ ਖੋਲਿਆ ਅਤੇ ਬੀਜਣ ਲਹੂ ਲਵਾਉਣ ਪਿਆ, ਮੈਂ ਭੱਜ ਗਿਆ ਮਾਤਾ। ਫਿਰ ਮੈਂ ਆਪਣੇ ਚਾਚਾ ਨੂੰ ਫੋਨ ਕੀਤਾ, ਦੱਸਿਆ ਮੈਂ ਚਾਚਾ ਜੀ ਆਹ ਗੱਲਬਾਤ ਹੈ, ਮੈਂ ਉੱਥੇ ਹੋ ਗਈ ਆ। ਉਹ ਕਹਿੰਦੇ ਵੀ ਫੋਨ ਕਰੋ ਪੁਲਿਸ ਵਾਲਿਆਂ ਨੂੰ, ਫਿਰ ਮੈਂ ਫੋਨ ਕੀਤਾ ਆਪਾਂ ਪੁਲਿਸ ਵਾਲਿਆਂ ਨੂੰ, ਪੁਲਿਸ ਆਈ ਆ, ਪੁਲਿਸ ਨੇ ਦਰਵਾਜ਼ਾ ਤੋੜਿਆ, ਅੰਦਰ ਜਾ ਕੇ ਵੇਖਿਆ ਤਾਂ ਪੰਡਾਜੀ ਅੰਕਲ ਵੀ ਡੈਥ ਹੋਏ ਪਏ ਸੀ, ਮਤਲਬ ਕਤਲ ਹੋਇਆ ਉਹਨਾਂ ਦਾ। ਕਿਹਦੀ ਕਿਹਦੀ ਡੈਥ ਹੋਈ ਆ? ਮੋਤੀ ਲਾਲ ਆ ਅਤੇ ਨਾਲ ਉਹਦੇ ਮਾਤਾ ਸੁਕੁੰਤਲਾ ਦੇਵੀ। ਮੇਰੇ ਕੋਲ ਇਨਫੋਰਮੇਸ਼ਨ ਆਈ ਹੈ ਵੀ ਇੱਕ ਬਜ਼ੁਰਗ ਔਰਤ ਅਤੇ ਇੱਕ ਉਹਦਾ ਬੇਟਾ ਜਿਹੜੇ ਉਹ ਘਰ ਦੇ ਵਿੱਚ ਰਹਿੰਦੇ ਸੀਗੇ, ਵਾਰਡ ਨੰਬਰ 2 ਦੇ ਵਿੱਚ ਸ਼ਿਵਪੁਰੀ ਕਲੋਨੀ ਦੇ ਵਿੱਚ। ਉਹ ਜਾ ਕੇ ਮੌਕਾ ਦੇਖਿਆ, ਸਾਰੇ ਮੌਕੇ 'ਤੇ ਇਹ ਪਤਾ ਲੱਗਿਆ ਕਿ ਬਹੁਤ ਬੁਰੀ ਤਰ੍ਹਾਂ ਉਹ ਬੇਰਹਿਮੀ ਦੇ ਨਾਲ ਸ਼ਕੁੰਤਲਾ ਨਾਂ ਦੀ ਔਰਤ ਆ, ਜਿਹੜੀ ਇਹ ਜਿਹੜੀ 70-80 ਸਾਲ ਦੇ ਅਬਾਊਟ ਹੈਗੀ ਹੈ, ਅਤੇ ਇੱਕ ਉਹਦਾ ਬੇਟਾ ਹੈਗਾ, ਉਹਦੀ ਜਿਹੜੀ ਹੈਗੀ ਏਜ 60-62 ਸਾਲ ਦੀ ਹੈਗੀ ਹੈ। ਉੱਥੇ ਮੌਕੇ ਦੀ ਇਹ ਪਤਾ ਲੱਗਿਆ ਕਿ ਉਹਨਾਂ ਦਾ ਇੱਕ ਲੜਕਾ ਹੈਗਾ, ਨਸ਼ੇੜੀ ਸੀਗਾ ਉਹ ਰਾਤੀ ਕਿਤੇ ਆਇਆ, ਪਹਿਲਾਂ ਵਾਰ ਵੂਰ ਰਹਿੰਦਾ ਰਿਹਾ, ਪਹਿਲਾਂ ਉੱਥੇ ਮੁਕੱਦਮਾ ਵੀ ਦਰਜ ਹੋਇਆ ਗਿਆ NDPS ਦਾ। ਇਹ ਵੀ ਥੋੜ੍ਹਾ ਬਹੁਤਾ ਪਤਾ ਲੱਗਿਆ ਉੱਥੇ ਮੌਕੇ ਤੋਂ ਵੀ, ਉੱਥੇ ਜੇਲ੍ਹ ਦੇ ਵਿੱਚ ਉਹਨੇ ਕੋਈ ਕਿਸੇ ਨਾਲ ਝਗੜਾ ਕੀਤਾ, ਉੱਥੇ ਉਹਦੇ 'ਚ ਮਰਡਰ ਹੋ ਗਿਆ ਸੀ ਉਹਦੇ ਕੋਲੋਂ। ਹੁਣ ਉਹ ਬਾਹਰ ਆਇਆ 2 ਸਾਲ ਤੋਂ, ਅਤੇ ਘਰੋਂ ਵੀ ਉਹਨੂੰ ਫਾਰਗਤੀ ਦਿੱਤੀ ਵੀ ਹੈ, ਘਰੇ ਵੀ ਨਹੀਂ ਆਉਂਦਾ ਸੀਗਾ, ਬਿਮਾਰ ਬਮੂਰ ਸੀਗਾ ਕਈ ਦਿਨਾਂ ਤੋਂ, ਉਹ ਬਾਹਰ ਰਹਿੰਦਾ ਸੀ ਇੱਥੇ ਕਿਰਾਏ ਕਿਰੂਏ 'ਤੇ। ਉਹਦੇ ਫਾਦਰ ਨੇ 5-7 ਦਿਨ ਹੋ ਗਏ ਉਹਨੂੰ ਲਿਆ ਕੇ ਉਹਦਾ ਟ੍ਰੀਟਮੈਂਟ ਜਿਹੜਾ ਕਰਾਇਆ ਹੈਗਾ, ਅਤੇ ਰਾਤੀ ਕੋਈ ਉੱਥੇ ਗਵਾਂਢੀ ਦੇ ਕਹਿਣ ਦੇ ਮੁਤਾਬਕ ਕੋਈ 7:45 ਵਜੇ ਆਪਸੀ ਦਿਨ ਨਾਲ ਝਗੜਾ ਹੋਇਆ। ਝਗੜਾ ਹੋਣ ਤੋਂ ਬਾਅਦ ਜਿਹੜੀ ਹੈਗੀ ਆ ਉਹ ਉਹਨਾਂ ਨੂੰ ਰਾਤ ਬੁਰੀ ਤਰ੍ਹਾਂ ਉਹਦਾ ਕਤਲ ਕਰਕੇ, ਅਤੇ ਮੌਕੇ ਤੋਂ ਇੱਕ ਐਕਟੀਵਾ ਜਿਹੜੀ ਹੈਗੀ ਹੈ ਉਹ ਮਰਨ ਵਾਲੇ ਦੀ ਜਿਹੜੀ ਆ ਉਹ ਲੈ ਕੇ ਜਿਹੜਾ ਫਰਾਰ ਹੋ ਗਿਆ। ਤਫਤੀਸ਼ ਜਾਰੀ ਹੈ, ਮੁਕੱਦਮਾ ਦਰਜ ਕਰਕੇ ਜਿਹੜੀ ਹੈ ਲੰਘਾਈ ਦੇ ਨਾਲ ਜਿਹੜੀ ਤਫਤੀਸ਼ ਕੀਤੀ ਜਾਊਗੀ, ਅਤੇ ਜਿਹੜਾ ਦੋਸ਼ੀ ਹੈ ਉਹਨੂੰ ਜਲਦੀ ਫੜਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾਊਗੀ। ਦੋਸ਼ੀ ਸਰ ਇਹ 'ਚ ਬੇਟਾ ਹੀ ਹੈ? ਹਾਂ, ਉਹਦਾ ਬੇਟਾ, ਕੋਈ ਜਿਹੜਾ ਇਹ ਬਾਰਡਰ ਹੈ ਦੋਨਾਂ ਜਣਿਆਂ ਦਾ, ਉਹਦੇ ਵਿੱਚ ਸੇਮ ਹੀ ਵੈਪਨ ਦੇ ਨਾਲ ਜਿਹੜੀ ਇੰਜਰੀ ਹੈਗੀ ਹੈ ਦੋਨਾਂ ਨੂੰ, ਉਸੇ ਟਾਈਪ ਦੀ ਇੰਜਰੀ ਹੈ, ਉਸੇ ਮਤਲਬ ਤਰੀਕੇ ਦੀ ਹੈ। ਸਰ ਕਾਰਨ ਕੀ ਲੱਗ ਰਿਹਾ ਫਿਲਹਾਲ ਜਾਂਚ? ਕਾਰਨ ਹਾਰ ਦੀ ਘੜੀ ਤਾਂ ਪ੍ਰੀਲ ਮਰੀ ਇਹੀ ਪਤਾ ਲੱਗਿਆ ਵੀ ਰਾਤੀ ਇਹਦਾ ਝਗੜਾ ਹੋਇਆ ਹੈਗਾ, ਉਹ ਬੰਦਾ ਨਸ਼ੇੜੀ ਸੀਗਾ, ਨਸ਼ੇ ਦੀ ਲੱਤ ਵਿੱਚ ਆ ਕੇ ਇਹਦੇ ਕੀਤਾ ਲੱਗਦਾ ਹੈਗਾ। ਬਾਕੀ ਜਦੋਂ ਫੜਿਆ ਜਾਊਗਾ ਸਾਰੀ ਡਿਟੇਲ ਦੇ ਵਿੱਚ ਉਦੋਂ ਪਤਾ ਲੱਗੂਗੀ। ਇਹ ਬੇਟਾ ਹੀ ਹੈ ਜੀ ਉਹਨਾਂ ਦਾ? ਹਾਂ, ਮੇਰੇ ਬੇਟਾ ਦਾ। ਬੁਲੰਦ TV ਕੇ ਲੀਏ ਅਜਨਾਲਾ ਸੇ ਜਗਜੀਤ ਸਿੰਘ ਕੀ ਰਿਪੋਰਟ।